ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਇਹਨਾਂ ਦਿਨਾਂ ਵਿੱਚ ਕਾਫੀ ਮੁਸ਼ਕਿਲਾਂ ਦੇ ਵਿੱਚ ਫਸੇ ਹੋਏ ਨੇ। ਫਸਣਾ ਤਾਂ ਪੜਦਾ ਹੀ ਹੈ ਕਿਉਂਕਿ ਉਹਨਾਂ ਨੇ ਔਰਤਾਂ ਦੇ ਖਿਲਾਫ ਕੁਝ ਅਜਿਹੇ ਵਿਵਾਦਿਤ ਬਿਆਨ ਦੇ ਦਿੱਤੇ ਕਿ ਕਰਨ ਵੱਲੋਂ ਦਿੱਤੀ ਗਈ ਕਾਫੀ ਉਹਨਾਂ ਨੂੰ ਮਹਿੰਗੀ ਪੈ ਗਈ। BCCI ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਕੁਝ ਐਡਸ ਵੀ ਸੀ ਜੋ ਪਾਂਡਿਆ ਦੇ ਹੱਥੋਂ ਚਲੀਆਂ ਗਈਆਂ ਨੇ। ਕੀ ਹੈ ਪੂਰਾ ਮਾਮਲਾ ਤੇ ਆਖਿਰ ਸ਼ੁਰੂ ਕਿੱਥੋਂ ਹੋਇਆ, ਦੇਖਦੇ ਹਾਂ ਇਸ ਸਪੈਸ਼ਲ ਰਿਪੋਰਟ ਦੇ ਵਿੱਚ। ਦਰਅਸਲ ਕੌਫੀ ਵਿਦ ਕਰਨ ਦੇ ਸ਼ੋਅ ਤੇ ਪੁੱਜੇ ਕ੍ਰਿਕਟਰ ਪਲੇਅਰ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਨੂੰ ਜਦ ਕਰਨ ਵੱਲੋਂ ਔਰਤਾਂ ਨੂੰ ਲੈ ਕੁਝ ਸਵਾਲ ਪੁੱਛੇ ਗਏ ਤਾਂ ਪਾਂਡਿਆ ਵੱਲੋਂ ਉਸ ਦੇ ਜਵਾਬ ਵਿੱਚ ਕੁਝ ਅਸ਼ਲੀਲ ਟਿੱਪਣੀਆਂ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਕਿ ਪਾਂਡਿਆ ਨੇ ਇਹ ਵੀ ਕਹਿ ਦਿੱਤਾ ਕਿ ਉਹ ਆਪਣੇ ਪਰਿਵਾਰ ਨਾਲ ਵੀ ਕੁੜੀਆਂ ਦੇ ਨਾਲ ਬਿਤਾਏ ਪਲਾਂ ਨੂੰ ਸਾਂਝਾ ਕਰਦੇ ਨੇ। ਪਾਂਡਿਆ ਨੇ ਕੁੜੀਆਂ ਦੀ ਸਰੀਰਕ ਬਣਾਵਟ ਨੂੰ ਲੈ ਵੀ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਜੋ ਦੱਸਣਯੋਗ ਨਹੀਂ ਨੇ। ਤੁਹਾਨੂੰ ਦੱਸ ਦਈਏ ਕਿ ਇਸ ਵਿਵਾਦਿਤ ਬਿਆਨ ਤੋਂ ਬਾਅਦ BCCI ਨੇ ਪਾਂਡਿਆ ਅਤੇ ਕੇਐਲ ਰਾਹੁਲ ਨੂੰ T20 ODI ਮੈਚ ਤੋਂ ਬੈਨ ਕਰ ਦਿੱਤਾ ਹੈ। ਪਾਂਡਿਆ ਦੀਆਂ ਮੁਸ਼ਕਲਾਂ ਇੱਥੇ ਨਹੀਂ ਰੁਕੀਆਂ ਨੇ, ਉਹਨਾਂ ਦੇ ਨਾਲ ਜਿਲਟ ਕੰਪਨੀ ਨੇ ਵੀ ਕੰਟਰੈਕਟ ਖਤਮ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਦੀ ਇਹ ਹਰਕਤ ਕਾਫੀ ਸ਼ਰਮਨਾਕ ਹੈ। ਬਹੁਤ ਸਾਰੀਆਂ ਸੈਲੀਬ੍ਰਿਟੀਜ਼ ਨੇ ਵੀ ਉਹਨਾਂ ਦੀ ਇਸ ਹਰਕਤ ਦੀ ਨਿੰਦਾ ਕੀਤੀ ਹੈ। ਸੋ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਂਡਿਆ ਦੀ ਇਹ ਹਰਕਤ ਉਹਨਾਂ ਦੀ ਕ੍ਰਿਕਟ ਕਰੀਅਰ ਤੇ ਕਿਹੋ ਜਿਹਾ ਅਸਰ ਪਾਉਂਦੀ ਹੈ। ਸੋ ਇਹ ਰਹੇ ਜੀ ਕ੍ਰਿਕਟ ਦੇ ਰਿਲੇਟਡ ਗੱਲ। ਹੋਰਨਾਂ ਖਬਰਾਂ ਦੇ ਲਈ ਬਣੇ ਰਹੋ ਡਾ TV NRI।